ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕੁਲਦੀਪ ਬਲੇਰ ਤਸਵੀਰ ਪੰਜਾਬ ਦੀ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਜਿਹੜੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਉਹ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹਨਾਂ ਨੇ ਵਿਦੇਸ਼ਾਂ ਦੇ ਵਿੱਚ, ਪੰਜਾਬ ਦੀ ਧਰਤੀ 'ਤੇ, ਆਲ ਵਰਲਡ ਦੇ ਵਿੱਚ ਆਪਣੀ ਗਾਇਕੀ ਦੀਆਂ ਧੁੰਮਾਂ ਪਾਈਆਂ ਨੇ। ਸੋ ਮੇਰੀ ਮੁਰਾਦ ਮੇਰੇ ਨਾਲ ਬੈਠੇ ਨੇ ਜੀ ਸ਼ਰਮੀਲਾ ਜੀ, ਸਵਾਗਤ ਹੈ ਜੀ ਤੁਹਾਡਾ। ਜੀ ਸ਼ਰਮੀਲਾ ਜੀ, ਥੈਂਕ ਯੂ ਭਾਜੀ। ਮੈਂ ਤਸਵੀਰ ਪੰਜਾਬ ਦੀ ਚੈਨਲ ਦਾ ਬਹੁਤ ਬਹੁਤ ਧੰਨਵਾਦ, ਕੁਲਦੀਪ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ, ਔਰ ਸਾਰੀ ਟੀਮ ਤਸਵੀਰ ਪੰਜਾਬ ਜੀ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ, ਮਿਹਰਬਾਨੀ ਕਿ ਇੰਟਰਵਿਊ ਕਰਨਾ। ਮੈਂ ਸਾਰਿਆਂ ਦਾ ਬਹੁਤ ਧੰਨਵਾਦ, ਮਿਹਰਬਾਨੀ, ਥੈਂਕ ਯੂ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸ਼ਰਮੀਲਾ ਜੀ ਨਾਲ। ਸ਼ਰਮੀਲਾ ਜੀ, ਗਾਇਕੀ ਦਾ ਸਫ਼ਰ ਕਦੋਂ ਸ਼ੁਰੂ ਕੀਤਾ ਜੀ? ਸਫ਼ਰ ਭਾਜੀ ਮੈਂ ਬੜਾ ਚਿਰ, ਕੋਈ ਘੱਟ ਤੋਂ ਘੱਟ ਵੀ 1983-85 ਸ਼ੁਰੂ ਕੀਤਾ, ਕਿਉਂਕਿ ਮੇਰਾ ਇਲਾਕਾ ਜਿਹੜਾ ਉਹ ਗੁਰਦਾਸਪੁਰ ਦਾ, ਅਤੇ ਸਭ ਤੋਂ ਪਹਿਲਾਂ ਮੈਂ ਮਨਜੀਤ ਮਸਾਨਾ ਗਿਓ ਜਮਲਾ ਜੱਟ ਦੇ ਸ਼ਿਗਿਰਦ, ਉਹਨਾਂ ਤੋਂ ਗਾਉਣਾ ਸ਼ੁਰੂ ਕੀਤਾ। ਅਤੇ ਉਹਨਾਂ ਤੋਂ ਬਾਅਦ 'ਚ ਫਿਰ ਮੈਂ 5 ਕੁ ਸਾਲ ਗੁਰਦੁਆਰਾ ਸਾਹਿਬ, ਇੱਕ ਜੋਗੀ ਸੀਗਾ ਜੋਗਿੰਦਰ ਸਿੰਘ ਜੋਗੀ, ਉਹਨਾਂ ਕੋਲ ਮੈਂ ਗੁਰਦੁਆਰਾ ਸਾਹਿਬ 'ਚ ਸੇਵਾ ਕੀਤੀ। ਉਹਦੇ ਤੋਂ ਬਾਅਦ 'ਚ ਫਿਰ ਮੈਂ ਜਿਹੜਾ ਮੇਰਾ ਦੌਰ ਸ਼ੁਰੂ ਹੋਇਆ, ਜਿੰਦ ਕਮਾਉਣਾ ਵਾਲਾ, ਬਹੁਤ ਵਧੀਆ ਰਾਈਟਰ ਆ, ਲਿਖਦਾ ਵੀ ਬਹੁਤ ਵਧੀਆ, ਗਾਉਂਦਾ ਵੀ ਬਹੁਤ ਵਧੀਆ, ਡਾਕਟਰ ਆ, ਗਿੱਲ ਬਹੁਨੀ ਵਾਲਾ ਮੋਗੇ ਤੋਂ ਹੀਗਾ, ਜਿੰਦ ਕਮਾਉਣਾ ਵਾਲਾ ਕਮਾਉਣਾ ਤੁਸੀਂ, ਇਹ ਮੈਨੂੰ ਦੋਨੋਂ ਜਾਣੇ ਸਾਜ ਜਮਲਾ ਜੱਟ ਜੀ ਕੋਲ ਲੈ ਗਏ ਲੁਧਿਆਣੇ। ਫਿਰ ਮੈਂ ਉਹਨਾਂ ਤੋਂ ਤਲੀਮ ਹਾਸਲ ਕੀਤੀ, ਉਹਨਾਂ ਤੋਂ ਬਾਅਦ 'ਚ ਫਿਰ ਮੈਂ ਰਿਕਾਰਡਿੰਗ ਦੇ ਚੱਕਰ 'ਚ ਪਿਆ, ਕਿਉਂਕਿ ਸਭ ਤੋਂ ਪਹਿਲਾਂ ਮੇਰੀ ਉਹਨਾਂ ਨੇ ਟੇਪ ਕੀਤੀ ਸੀਗੀ, ਇਹ 1988-99 'ਚ ਆਈ ਆ, ਜਿਹਦਾ ਨਾਂ ਹੈਗਾ ਸੀ ਬਿੱਲੋ ਮੋਰਨੀ ਪੰਜਾਬੀ, ਇਨਰੀਕੋ ਕੰਪਨੀ ਨੇ ਕੀਤੀ ਪੂਰੀ ਦੀ ਪੂਰੀ, ਅਤੇ ਬੜੀ ਹਿੱਟ ਹੋਈ। ਅਤੇ ਮੈਂ ਉਹ ਟਾਈਮ ਤੋਂ ਸ਼ੁਰੂ ਕੀਤਾ, ਕਿਉਂਕਿ ਬਿਲਕੁਲ ਛੋਟੀ ਉਮਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ, ਕੋਈ 10-12 ਸਾਲ ਤੋਂ। ਸਿਆਣੇ ਕਹਿੰਦੇ ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ, ਗਾਇਕੀ ਦੇ ਵਿੱਚ ਤੁਸੀਂ ਆਪਣੇ ਉਸਤਾਦ ਕਿਸ ਨੂੰ ਮੰਨਦੇ ਹੋ? ਮੈਂ ਉਸਤਾਦ ਤਾਂ ਵੈਸੇ ਬਹੁਤ, ਸਭ ਤੋਂ ਪਹਿਲਾਂ ਹੰਸਰਾਜ ਹੰਸੀ, ਸਰਦੂਲ ਭਾਅ ਜੀ ਜਿਹੜੇ ਅੱਜ ਤੋਂ ਦੁਨੀਆਂ ਤੋਂ ਚਲੇ ਗਏ ਆ, ਪਰ ਉਹਨਾਂ ਬਾਰੇ ਬੜਾ ਦੁੱਖ ਲੱਗਾ, ਉਹਨਾਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ। ਜਿਹੜੇ ਸਲੀਮ ਜੀ, ਜਿਹੜੇ ਬਹੁਤ ਵਧੀਆ, ਜਸਪੀਰ ਜੱਸੀ ਜੀ, ਅਤੇ ਮੈਂ ਉਹਨਾਂ ਦਾ ਬਹੁਤ ਥੈਂਕ ਯੂ ਧੰਨਵਾਦ ਕਰਦਾ ਕਿ ਜਿਹੜੇ ਉਸਤਾਦਾਂ ਦੀ ਸਨਮਾਨ ਮੈਂ ਉਸਤਾਦ ਲਾਲਚੰਦ ਜਮਲਾ ਜੱਟ ਜੀ ਉਹਨਾਂ ਤੋਂ ਸਿੱਖਿਆ, ਅਤੇ ਔਰ ਸ਼੍ਰੀ ਹੰਸਰਾਜ ਜੀ ਹੰਸ, ਉਹਨਾਂ ਨੂੰ ਵੀ ਬਹੁਤ ਸਤਿਕਾਰਯੋਗ ਮੈਂ ਮੰਨਦਾ ਕਿ ਜਿਨ੍ਹਾਂ ਨੇ ਵਰਲਡ ਵਿੱਚ ਧੁੰਮਾਂ ਪਾਈਆਂ, ਜਿਨ੍ਹਾਂ ਦੀ ਕੋਈ ਦੱਸਣ ਦੀ, ਕੋਈ ਬਾਹਲੀ ਤਾਰੀਫ ਕਰਨ ਦੀ ਲੋੜ ਨਹੀਂ ਕਿ ਸਾਰੀ ਦੁਨੀਆ ਨੂੰ ਪਤਾ। ਇਸ ਕਰਕੇ ਮੈਂ ਇਹਨਾਂ ਕੋਲ ਜਦੋਂ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੁਆਬੇ 'ਚ ਰਿਹਾ, ਉਹਦੇ ਤੋਂ ਬਾਅਦ 'ਚ ਫਿਰ ਮੈਂ ਟਾਂਡੇ ਰਿਹਾ ਥੋੜ੍ਹਾ ਚਿਰ, ਉਹਦੇ ਤੋਂ ਬਾਅਦ 'ਚ ਫਿਰ ਮੈਂ ਲੁਧਿਆਣੇ ਰਿਹਾ, ਲੁਧਿਆਣੇ ਤੋਂ ਬਾਅਦ 'ਚ ਫਿਰ ਮੈਂ 1994-95 'ਚ ਜਲੰਧਰ ਆਇਆ। ਸ਼ਰਮੀਲਾ ਜੀ, ਪਹਿਲਾ ਗੀਤ ਜਿਹੜਾ ਤੁਹਾਡਾ ਹਿੱਟ ਹੋਇਆ ਸੀ ਉਹ ਕਿੰਨੇ ਸਾਲ 'ਚ ਆਇਆ? ਸਭ ਤੋਂ ਪਹਿਲਾਂ ਜਿਹੜਾ ਮੇਰਾ ਗੀਤ 1988-99 ਜਾ, ਉਹ ਵੀ ਬੜਾ ਹਿੱਟ ਹੋਇਆ ਹੈਗਾ, ਬੁੱਚਾ ਕਲਾ ਰਮਾਲ ਆਪਣਾ, ਮੇਰੀ ਮੁੰਦਰੀ ਮੋੜ ਜਾ ਕੇ, ਫਿਰ ਮੇਰੀ ਇੱਕ ਸਾਗਾ ਰਿਕਾਰਡਿੰਗ ਕੰਪਨੀ ਨੇ ਗੀਤ ਕੀਤਾ ਸੀ, ਉਹ ਵੀ ਬੜਾ ਵਧੀਆ ਰਿਹਾ। ਪਰ ਜਿਹੜਾ ਮੇਰਾ ਜ਼ਿੰਦਗੀ ਦਾ ਸਭ ਤੋਂ ਪਹਿਲਾਂ, ਜਿਹੜੀ ਮੇਰੀ ਲੋਕਾਂ 'ਚ ਵਰਲਡ 'ਚ ਪਛਾਣ ਬਣੀ, ਉਹ ਮੇਰਾ ਗੀਤ ਸੀਗਾ ਡਾਕਟਰ ਜੂਸ, ਜਿਹੜਾ ਯੂਨੀਵਰਸਲ ਨੇ ਪੇਸ਼ ਕੀਤਾ, ਰਿਲੀਜ਼ ਕੀਤਾ ਹੈਗਾ ਡਾਕਟਰ, ਉਹ ਸਭ ਤੋਂ ਪਹਿਲਾਂ ਮੇਰਾ ਗੀਤ, ਉਹਦੀ ਮੈਂ 2 ਲਾਈਨਾਂ ਤੁਹਾਡੀ ਸੇਵਾ 'ਚ ਪੇਸ਼ ਕਰਦਾ। ਮਦਨ ਮੱਦੀ ਅਤੇ ਬੱਲੀ ਜੇਠੂਵਾਲੀ ਦਾ ਲਿਖਿਆ ਗੀਤ ਆ, ਅਤੇ ਡਾਕਟਰ ਜੂਸ ਨੇ ਇਹਨੂੰ ਮਿਊਜ਼ਿਕ ਕੀਤਾ, ਇਹਨੂੰ ਯੂਨੀਵਰਸਲ ਨੇ ਰਿਲੀਜ਼ ਕੀਤਾ ਹੈਗਾ। ਸਭ ਤੋਂ ਪਹਿਲਾਂ ਉਹਦੀਆਂ 2 ਲਾਈਨਾਂ ਤੁਹਾਡੀ ਸੇਵਾ, ਜਿਹ 'ਚ ਮੈਂ ਕਰਕੇ ਇੰਗਲੈਂਡ, ਕਨੇਡਾ, ਅਮੈਰੀਕਾ, ਦੁਨੀਆ ਘੁੰਮੀ ਆ, ਉਹ ਗੀਤ ਕਰਕੇ ਮੈਨੂੰ ਅਜੇ ਵੀ ਮੇਰੀ ਪਛਾਣ, ਉਹਦੀਆਂ 2 ਲਾਈਨਾਂ ਤੁਹਾਡੀ ਸੇਵਾ 'ਚ ਪੇਸ਼ ਕਰਿਆ। ਨਾਲੇ ਤੇਰੀ ਤੇਰੀ ਕਹਿੰਨੀ ਏ ਨੀ, ਨਾਲੇ ਲਾਰੇ ਲਾਉਣੀ ਏ, ਇੱਦਾਂ ਨੀ ਗੱਡੀਆਂ ਚੱਲਦੀਆਂ ਨੀ ਜਿੱਦਾਂ ਤੂੰ ਚਲਾਉਣੀ ਏ, ਇੱਦਾਂ ਨੀ ਗੱਡੀਆਂ ਚੱਲਦੀਆਂ ਨੀ ਜਿੱਦਾਂ ਤੂੰ ਚਲਾਉਣੀ ਏ, ਨੀ ਕਿਹੜਾ ਨੀ ਤੂੰ ਜੱਜ ਲੱਗ ਗਈ ਏ, ਰਹਿਨੀ ਏ ਜੋ ਵੀ ਦੀਵੀ ਜੀ, ਕਿਹੜੀ ਗੱਲ ਦਾ ਚੋਰਾ ਤੈਨੂੰ ਜਦ ਵੀ ਮਿਲਦੀ ਏ, ਖਿਜੀ ਖਿਜੀ ਪੱਲੇ ਬੰਨ ਕੇ ਦਿਲ ਸਾਡਾ ਪੱਲਾ ਛਡਵਾਉਣੀ ਏ, ਇੱਦਾਂ ਨੀ ਗੱਡੀਆਂ ਚੱਲਦੀਆਂ ਨੀ ਜਿੱਦਾਂ ਤੂੰ ਚਲਾਉਣੀ ਏ, ਇੱਦਾਂ ਨੀ ਗੱਡੀਆਂ ਚੱਲਦੀਆਂ ਨੀ ਜਿੱਦਾਂ ਤੂੰ ਚਲਾਉਣੀ ਏ। ਬਹੁਤ ਵਧੀਆ ਜੀ, ਬਹੁਤ ਵਧੀਆ ਗਾਣਾ ਤੁਹਾਡਾ। ਮਿਊਜ਼ਿਕ ਡਾਇਰੈਕਟਰ 'ਚ ਤੁਹਾਡੇ ਗਾਣੇ ਨੂੰ ਮਿਊਜ਼ਿਕ ਡਾਇਰੈਕਟਰ ਕਿਹਨੇ ਕੀਤਾ ਜੀ? ਇੰਨੇ ਗੀਤ ਕੀਤੇ ਮੈਂ ਹੁਣ ਡਾਕਟਰ ਜੂਸ ਨਾਲ ਕਰ ਰਿਹਾ, ਹੁਣ ਮੇਰੇ 1-2 ਬਾਹਰੋਂ ਆ ਰਹੇ ਆ, ਪਰ ਸਾਰੇ ਗੀਤ ਮੇਰੇ ਡਾਕਟਰ ਜੂਸ ਨਾਲ ਹੀ ਆ ਜਿੰਨੇ ਵੀ ਮੈਂ ਗੀਤ ਗਾਏ ਆ। ਅਤੇ ਇੱਕ ਮੇਰਾ ਗੀਤ ਸੰਧੂ ਗੁਰਜਾ ਬਾਦਸ਼ਾਹਪੁਰੀ ਦਾ ਲਿਖਿਆ ਗੀਤ, ਉਹ ਵੀ ਦੁਨੀਆਂ 'ਤੇ ਬੜਾ ਹਿੱਟ ਹੋਇਆ ਕਿ ਜਿਹਨੂੰ ਅਜੇ ਤੱਕ ਮੇਰੀ ਪਛਾਣ ਆ, ਜਦੋਂ ਮੈਂ ਕਿਤੇ ਵੀ ਜਾਂਦਾ ਮੈਨੂੰ ਉਹ ਗੀਤ ਦੀ ਫਰਮਾਇਸ਼ ਜ਼ਰੂਰ ਕਰਦੀ, ਉਹਦੀਆਂ 2 ਲਾਈਨਾਂ ਤੁਹਾਡੀ ਸੇਵਾ 'ਚ ਪੇਸ਼ ਕਰਦਾ। ਚਾਦਰ ਨੂੰ ਦੇਖ ਪੈਰਾਂ ਨੂੰ ਪਸਾਰੀਏ, ਪੱਲੇ ਹੋਵੇ ਜੋ ਵੀ ਉਹਦੇ ਨਾਲ ਸਾਰੀਏ, ਚੁੱਕ ਕੇ ਵੀ ਅੱਜ ਪੈਸਾ ਕਰਦਾ ਜੋ ਐਸ਼, ਉਹਦੇ ਨਾਲ ਸੁੱਕੀ ਰੋਟੀ ਦਾਲ ਚੰਗੀ ਏ, ਪਿੱਠ ਪਿੱਛੇ ਯਾਰ ਦੀ ਜੋ ਕਰਦਾ ਬੁਰਾਈ, ਉਹਨੂੰ ਦੂਰੋਂ ਸਤਿ ਸ੍ਰੀ ਅਕਾਲ ਚੰਗੀ ਏ, ਪਿੱਠ ਪਿੱਛੇ ਯਾਰ ਦੀ ਜੋ ਕਰਦਾ ਬੁਰਾਈ,
ਉਹਨੂੰ ਦੂਰੋਂ ਸਤਿ ਸ੍ਰੀ ਅਕਾਲ ਚੰਗੀ ਏ, ਮਾੜੇ ਬੰਦੇ ਦਾ ਨਾ ਕਦੇ ਪੱਖ ਪੂਰੀ ਏ, ਪੁੱਤ ਹੋਵੇ ਗੱਭਰੂ ਕਦੇ ਨਾ ਕੂਰੀ ਏ। ਸੰਧੂ ਗੁਰਜਾਪ ਕਹਿੰਦਾ ਕਿ ਉਹਦਾ ਜੂਣਾ ਮਾਪਿਆਂ ਦੀ ਪੁੱਤ ਜੋ ਕਰਾਉਂਦਾ ਪੰਡੀ ਏ, ਪਿੱਠ ਪਿੱਛੇ ਯਾਰ ਦੀ ਜੋ ਕਰਦਾ ਬੁਰਾਈ, ਉਹਨੂੰ ਦੂਰੋਂ ਸਤਿ ਸ੍ਰੀ ਅਕਾਲ ਚੰਗੀ ਏ। ਸ਼ਰਮੀਲਾ ਜੀ, ਬਿਲਕੁਲ ਦਿਲ ਨੂੰ ਛੂਹ ਜਾਣ ਵਾਲਾ ਗੀਤ, ਪਸੰਦ ਬਹੁਤ ਜ਼ਿਆਦਾ ਹੋਵੇ। ਮੈਂ ਚਾਹੁੰਦਾ ਉਹਦੀਆਂ ਵੀ ਦੋ ਚਾਰ ਲਾਈਨਾਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੀਏ ਜੀ। ਅਤੇ ਜਿਹੜੀ ਮੇਰੀ ਨਵੇਂ ਪ੍ਰੋਡਕਟ ਜੂਸ ਨਾਲ ਆ ਰਹੇ ਆ, ਨਾਲ ਆ ਰਹੇ ਆ, ਆਪਣੀ ਡੀਜੇ ਨਾਲ ਆ ਰਿਹਾ ਵਾ, ਹੋਰ ਮੇਰੀ ਕੰਪਨੀ ਨਾਲ ਵੀ ਗੀਤ ਆ ਰਹੇ, ਬੜੇ ਗੀਤ ਆ ਰਹੇ ਆ, ਕਿ ਮੈਂ ਅਜੇ ਮੈਂ ਇੱਕ ਥੋੜ੍ਹਾ ਜਿਹਾ ਪੜ੍ਹਦਾ ਵੀ ਰੱਖੂੰਗਾ, ਕਿਸੇ ਨਾਲ ਆ ਰਿਹਾ, ਅਤੇ ਮੈਂ ਤਸਵੀਰ ਪੰਜਾਬ ਦੀ ਚੈਨਲ ਉਹਦਾ ਨਾ ਤੁਹਾਨੂੰ ਸਾਜ ਮੈਂ ਤੇਰੀ ਤੂੰ ਮੇਰਾ ਓ ਹੰਸ ਹੰਸਣੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ ਤੇਰੇ ਬਾਜੋਂ ਸੁਲਝਗੀ ਅੱਖੀਆਂ ਭਾਵੀ ਵੇ ਤੇਰੀ। ਬਹੁਤ ਵਧੀਆ। ਅੱਜ ਤੱਕ ਕਿਹੜੀ ਕਿਹੜੀ ਕੰਟਰੀ 'ਚ ਘੁੰਮੇ ਹੋ? ਮੈਂ ਭਾਅ ਜੀ ਕੋਈ ਇੱਕ ਅੱਧੀ ਰਹਿ ਗਈ, ਬਾਕੀ ਸਾਰੀਆਂ ਹੀ ਘੁੰਮ ਲਈਆਂ, ਕਿਉਂਕਿ ਉਹ ਮਾਲਕ ਦੀ ਕਿਰਪਾ, ਕਿਉਂ ਕੋਈ ਵੀ ਕੰਟਰੀ ਨਹੀਂ ਛੱਡੀ, ਹੁਣ ਫਿਰ ਤਿਆਰੀ ਆ ਲੋਕਡਾਊਨ ਦਾ ਕਰਕੇ। ਮੈਂ ਬੱਲੀ ਜੇਠਵਾਲੀ ਦੇ ਗੀਤ ਬੜੇ ਗਏ, ਮਦਨ ਮੱਦੀ ਦੇ ਗਾਏ ਆ, ਔਰ ਬਿੰਦਰ ਥਿਗਲੀ ਵਾਲਾ ਉਹਨਾਂ ਦੇ ਮੈਂ ਬਹੁਤ ਗੀਤ ਗਾਏ। ਅੱਜ ਮਿੱਤਰਾਂ ਦੇ ਵਿਹੜੇ 'ਚ ਮਕੀਲਾ ਖੜਕੂ 'ਚ ਬੋਲੀਆਂ, ਤਾਰੀ ਲੋਧੀਪੁਰੀ ਦਾ ਗੀਤ ਗਾਇਆ, ਸੰਧੂ ਬਾਦਸ਼ਾਹਪੁਰੀ ਦੇ ਮੈਂ ਗੀਤ ਗਾਏ, ਉਹਨਾਂ ਦੀਆਂ ਦੋ ਲਾਈਨਾਂ ਤੁਹਾਨੂੰ ਸੁਣਾ ਰਿਹਾ। ਬੱਲੀ ਜੇਠੂਵਾਲ ਔਰ ਤਾਰੀ ਲੋਧੀਪੁਰੀਆ, ਸੰਧੂ ਬਾਦਸ਼ਾਹਪੁਰੀਆ ਔਰ ਮਦਨ ਮੱਦੀ ਜੀ ਚਮਕੀਲਾ ਗੀ ਦਾ, ਬਹੁਤ ਸਾਰੇ ਮੈਂ ਇਹਨਾਂ ਦੇ ਗੀਤ ਗਾਏ, ਨਵੇਂ ਮੁੰਡਿਆਂ ਦੇ ਵੀ ਬਹੁਤ ਗੀਤ ਗਾਏ, ਜੇ ਨਾਂ ਦੱਸਣਗੇ ਤਾਂ ਬਹੁਤ ਟਾਈਮ ਲੱਗਦਾ। ਮੈਂ ਦੋ ਲਾਈਨਾਂ ਤੁਹਾਡੀ ਸੇਵਾ 'ਚ ਪੇਸ਼ ਕਰ ਰਿਹਾ। ਬਾਦਸ਼ਾਹਪੁਰੀ ਇਹਨਾਂ ਦੇ ਬਹੁਤ ਸੁਪਰਹਿਟ ਗੀਤ ਹੋਏ ਆ, ਮੈਂ ਪੰਜਾਬੀਆਂ ਬਾਰੇ ਖਾਸ ਕਰਕੇ ਜ਼ਿਆਦਾ ਗੀਤ ਗਾਏ, ਜਿਨ ਗੀਤ ਸਾਰੇ ਡਾਕਟਰ ਜੂਸ ਭਾਈ ਨੇ ਮਿਊਜ਼ਿਕ ਕੀਤਾ, ਮੈਂ ਉਹਨਾਂ ਦਾ ਬਹੁਤ ਥੈਂਕ ਯੂ ਧੰਨਵਾਦ ਅਤੇ ਉਹਨਾਂ ਦਾ ਬਹੁਤ ਥੈਂਕ ਯੂ ਕਰਦਾ, ਦਿਲੋਂ ਦੁਆ ਕਰਦਾ ਕਿ ਮਾਲਕ ਉਹਨਾਂ ਨੂੰ ਤਰੱਕੀਆਂ ਬਖਸ਼ੇ, ਕਿਉਂਕਿ ਜਿਨ੍ਹਾਂ ਨੇ ਮੇਰੇ ਬਾਰੇ ਸੋਚਿਆ। ਜੇ ਅੱਜ ਮੈਂ ਦੁਨੀਆ 'ਚ ਜੇ ਕੋਈ ਗਰੀਬ ਦੀ ਪਛਾਣ ਆ ਅਤੇ ਮੇਰੀ ਡਾਕਟਰ ਜੂਸ ਕਰਕੇ ਅਤੇ ਮਾਲਕ ਦਾ ਕਰਕੇ ਆ। ਦੋ ਲਾਈਨਾਂ ਤੁਹਾਡੀ ਸਵਾਲ ਪੇਸ਼ ਕਰੇ, ਸੰਧੂ ਬਾਦਸ਼ਾਹਪੁਰੀ ਦਾ ਗੇਮ। ਸਾਰੀ ਦੁਨੀਆ ਘੁੰਮ ਆਇਆ ਮੈਨੂੰ ਮਿਲਿਆ ਹੋਰ ਨਹੀਂ, ਯਾਰ ਪੰਜਾਬੀਆਂ ਵਰਗੀ ਦੁਨੀਆ ਉੱਤੇ ਟੋਰ ਨਹੀਂ, ਜਿੱਥੇ ਵੀ ਤੁਸੀਂ ਗੱਲ ਕਰੋਗੇ ਇਹੋ ਕਹਿਣਗੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ ਹੀ ਰਹਿਣਗੇ, ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਹੀ ਰਹਿਣਗੇ, ਸਖਤ ਮਿਹਨਤਾਂ ਕਰਕੇ ਦੁਨੀਆ ਦੇ ਵਿੱਚ ਛਾਇਆ, ਸਭ ਤੋਂ ਪਹਿਲਾਂ ਇਹਨਾਂ ਨੇ ਗੁਰੂ ਧਾਮ ਬਣਾਇਆ, ਉਹ ਦਿਨ ਤਿਉਹਾਰਾਂ ਉੱਤੇ ਜਿੱਥੇ ਜੁੜ ਕੇ ਬਹਿਣਗੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ ਹੀ ਰਹਿਣਗੇ, ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਹੀ ਰਹਿਣਗੇ। ਓ ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਪਰਿਵਾਰ 'ਚ ਅੱਜ ਕੱਲ੍ਹ ਕੌਣ ਕੌਣ ਰਹਿ ਰਹੇ? ਹਾਂ, ਮੇਰੀ ਦੋ ਕਾਕੇ ਆ, ਦੋ ਗੁੱਡੀਆਂ ਵਾ, ਅਤੇ ਮੇਰੀ ਘਰ ਵਾਲੀ ਆ। ਮੈਨੂੰ ਘਰ ਦਾ ਬੜਾ ਸੰਯੋਗ ਆ, ਮੇਰਾ ਪਿੰਡ ਜਿਹੜਾ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਘੁਮਾਣਾ ਦੇ ਲਾਗੇ ਪੈਂਦਾ, ਜਿੱਥੇ ਰਾਧਾ ਸਵਾਮੀ ਦਾ ਅਤੇ ਬਾਬਾ ਨਾਮਦੇਵ ਦਾ ਗੁਰਦੁਆਰਾ ਸੱਖੋਵਾਲ, ਛੋਟਾ ਜਿਹਾ ਪਿੰਡ, ਗੁਰਦੀਪ ਸਿੰਘ ਜੀ ਪੋਲੀ ਮੇਰੇ ਪਿੰਡ ਦੇ, ਜਿਨ੍ਹਾਂ ਨੇ ਮੈਨੂੰ ਇਸ ਕੰਮ 'ਤੇ ਲਾਇਆ ਹੈਗਾ, ਔਰ ਜਿੰਦ ਘੁਮਾਉਣਾ ਵਾਲੇ ਦਾ ਮੇਰੇ ਸਿਰ 'ਤੇ ਬੜਾ ਵੱਡਾ ਹੱਥ ਹੈ, ਉਹ ਰਾਈਟਰ ਵੀ ਆ ਅਤੇ ਡਾਕਟਰ ਵੀ ਆ, ਗਿੱਲ ਬੋਣੇ ਵਾਲਾ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ, ਜਿੱਦਾਂ ਕੋਈ ਵੀ ਸਿੰਗਰ, ਜਿੰਨੇ ਵੀ ਸਿੰਗਰ ਆ, ਜਿੱਦਾਂ ਹੰਸਰਾਜ ਜੀ ਹੋ ਗਿਆ, ਜੈ ਜੀ ਭਾਅ ਜੀ ਹੋ ਗਿਆ, ਸ਼ਿੰਦਾ ਹੋ ਗਿਆ, ਡਾਕਟਰ ਜੂਸ ਹੋ ਗਿਆ, ਸਨੀ ਡੀਜੇ ਹੋ ਗਿਆ, ਬੜਾ ਮੇਰੇ ਨਾਲ ਪਿਆਰ ਕਰਦੇ ਸਾਰੀ, ਹਰਭਜਨ ਮਾਨ ਭਾਅ ਜੀ, ਜਿੰਨੇ ਵੀ ਸਿੰਗਰ, ਮਨਮੋਹਨ ਵਾਰਸ ਭਾਅ ਜੀ ਹੋ ਗਿਆ, ਗੈਰੀ ਸੰਧ ਹੋ ਗਿਆ, ਨੇ ਐਮੀ ਵਿਰਕ ਜੀ ਮੇਰਾ ਬਹੁਤ ਪਿਆਰਾ ਮਿੱਤਰ ਆ, ਕਿ ਜਿਹੜੇ ਮੈਨੂੰ ਬੜੀ ਸਪੋਰਟ ਕਰਦੇ ਆ, ਮੇਰੇ 'ਤੇ ਬੜਾ ਖਿਆਲ ਰੱਖਦੇ ਆ, ਮੈਂ ਉਹਨਾਂ ਦਾ ਬਹੁਤ ਥੈਂਕ ਯੂ, ਕਿਉਂਕਿ ਮੇਰਾ ਇੰਨਾ ਖਿਆਲ ਰੱਖਦੇ ਸਾਰੇ ਬੰਦੇ। ਅੱਜ ਕੱਲ੍ਹ ਨਵਾਂ ਟਰੈਕ ਕਦੋਂ ਲੈ ਕੇ ਆ ਰਹੇ ਜੀ? ਨਵਾਂ ਟਰੈਕ ਮੈਂ ਬਿਲਕੁਲ ਜਲਦੀ, ਮੇਰਾ ਜੂਸ ਭਾਈ ਨਾਲ ਤਿਆਰ ਪਏ ਆ ਦੋ ਗੀਤ, ਡੀਜੇ ਟਿਪਸ ਨਾਲ ਮੇਰਾ ਗੀਤ ਤਿਆਰ ਪਿਆ ਵਾ, ਇੱਕ ਮੇਰਾ ਬਿਲਕੁਲ ਨਵਾਂ ਗੀਤ ਤਿਆਰ ਪਿਆ, ਇੱਕ ਮੇਰਾ ਸਨੀ ਡੀਜੇ ਨਾਲ ਗੀਤ ਤਿਆਰ ਪਿਆ, ਇੱਕ ਮੇਰਾ ਸਿਮਰ ਨਾਲ ਗੀਤ ਤਿਆਰ ਪਿਆ ਵਾ,
बहुत सारे गीत मेरी रेडी पे आ, पर मोल हूँ मेरा पिछले जो एक लॉकडाउन गीत आया वो मैं दूर ना पेश कर रहा पंजाब बारे है। मेरे बहुत गीत पंजाब बारे आए क्योंकि मेरे जिन्हें गीत हिट है सारे यारी दोस्ती देते पंजाबियों करके हिट है बाहर, तो इस करके मैंने लोग बाहर इंग्लैंड कनेडा अमेरिका बड़ा प्यार करते। एक रूबी तूर जी है उन्होंने कनेडा च रेडियो स्टेशन अपना वा, उन्होंने कंब रेडियो यूके वाले और आवाज़ पंजाब की एफ एम रेडियो ग्लासगो वाले सारे का लंडन वाल और अपने देसी रेडियो वाले जो उन्होंने बहुत थैंक यू धन्यवाद करते कि जेडे बी बी सी नैटवर्क न लंडन वाले उन्होंने भी बहुत धन्यवाद कि जेडे मेरा इन्नी सपोर्ट कर रहे हैं तो डाक्टर जूस बहुत ही करते हैं स्पीड रिकॉर्ड का। मैं बहुत थैंक यू धन्यवाद करता कि जिन्हें मेरे गीत होना स्पीड रिकॉर्ड ने किए, तो मैं थोड़ी सेवा कि दो लाइन होर पेश कर रहा बड़े प्यार जिन्हें गीत नवे आ रहे पहले भी सुने आ रहे बल्दी दो लाइन मैं थोड़ी सच पे बली गेठ वाले का लिखा गीत आ अज भी ओ छनक दियां पाइया बलदा दे गले टलियां सिर ते पता रख सुहाणियां खेतां दे वल चलियां ओ चल देखु विच टिंडां दा ओ उपर थले जाना हाय ओ रब्बा किथे तुर गया ओ पंजाब पुराना हाय ओ रब्बा किथे तुर गया ओ पंजाब पुराना हाय ओ रब्बा किथे तुर गया ओ पंजाब पुराना। शर्मिला जी जिदा पंजाबी गायक फिल्मों वालों आ रहे हैं तो भी कोई प्लैन बनया करी मेरे प्लैन बने हैं मैं गीत किए भी है फिल्मों दो मैं होर भी फिल्मों कर रहा मैं आप भी फिल्मों को कर रहा तो मैं सारे गीत भी करूँगा तो कम भी करूँगा फिल्मों से बस वो मालिक की कृपा जिदा जिदा वो कृपा हो जाती उस तरह हो जाता। मैं सारे का बहुत थैंक यू धन्यवाद करना कि जी मेरी पेड टीसरी चो सुखी कौर जूके आई सी वो टीसरी ने रिलीज की बहुत वधिया पेट हैगी मेरा बहुत वधिया विक्की टांडी जी लिखी माता की पेट ही उन्हें वो गाई हैगी विक्की टांडी जी ने मैं एक गीत भी नवा गा रहा वो भी जल्दी आ रहा और सिमरन जी ने भी गाया वो भी रिकॉर्ड जल्दी आ रहा मैं डीजे डिप्स नाल गीत मेरा आ रहा वो भी जल्दी डीजे सनी नाल भी आ रहा सारे की बिल्कुल तैयारी जी बैठे सिर्फ समय की वेट कर दें। मैं अरदास करता कि आ जी करोने की महामारी चल रही है तो मालिक सारियां तंदुरुस्तियां बख्शे पूरे वर्ल्ड च पूरे भारत च पूरे पंजाब च पूरे नगर च सुख शांति बख्शे सारी दुनिया से मेहर पर लोगों के काम चलन चैनल वाले चैनल चलन गाने वाले के प्रोग्राम लगन राइटर खुश रहन गाने वाले खुश रहन कंपनियां खुश रहन सारे की अरदास करदा वो परमात्मा वाहगुरु के अगे कि नानक नाम चढ़दी कला तेरे भाणे सरबदा परा तस्वीर पंजाब दी चैनल का बहुत बहुत थैंक यू धन्यवाद सतनाम भाई का कुलदीप भाई का चेतू खान वालीए का सनी जी का मेरे वालों डॉक्टर जूस वालों सारों बहुत बहुत थैंक यू बहुत बहुत मुबारक जिन्हें भी इस चैनल देखते दे, सुनते दे, मैं सारे का बहुत बहुत थैंक यू धनवाद करदा अरदास करदा कि चैनल चलती कला च रहे। शर्मिला जी अखीर दे साडे वालों तस्वीर पंजाब दी चैनल वालों तुहाडा बहुत बहुत धनवाद जी तुसी सानू अपना कीमती समा दिता तो एक बार फिर बहुत बहुत धनवाद जी थैंक यू। मैं सारे का बहुत धनवाद जी कोई गलती होगी माफ़ करना तस्वीर पंजाब दी चैनल का बहुत बहुत धन्यवाद।